ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਵਿੱਚ ਵੱਸਦੇ ਗੁਰਸਿੱਖ ਪਿਆਰਿਆਂ ਨੂੰ ਦਾਸ ਭੁਪਿੰਦਰ ਸਿੰਘ ਕਥਾਵਾਚਕ ਸ਼੍ਰੀ ਅੰਮ੍ਰਿਤਸਰ ਸਾਹਿਬ ਨਗਰ ਗਦਲੀ ਅਰਜ਼ ਕਰ ਰਿਹਾ ਜੀ। ਮੈਂ ਕਾ ਆਪ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਕਰਨੀ ਚਾਹੁੰਦਾ ਹੈ ਅਤੇ ਸਾਡੇ ਸਿੱਖ ਕੌਮ ਦੇ ਪ੍ਰਚਾਰਕਾਂ ਦੇ ਜਿਹੜੇ ਗੁਰੂ ਦੇ ਸਿਧਾਂਤ 'ਤੇ ਚੱਲਦੇ ਨੇ ਔਰ ਜਿਹੜੇ ਲੰਮੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰ ਰਹੇ ਨੇ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁਰ ਇਤਿਹਾਸ ਦਾ ਪ੍ਰਚਾਰ, ਗੁਰਬਾਣੀ ਦਾ ਪ੍ਰਚਾਰ, ਜਿਹੜਾ ਵੱਡਾ ਯੋਗਦਾਨ ਪ੍ਰਚਾਰ ਵਿੱਚ ਪਾ ਰਹੇ ਨੇ, ਮੈਂ ਉਹਨਾਂ ਪ੍ਰਚਾਰਕਾਂ ਨੂੰ, ਢਾਡੀਆਂ ਨੂੰ, ਕਵੀਸ਼ਰਾਂ ਨੂੰ, ਕਥਾਵਾਚਕਾਂ ਨੂੰ, ਰਾਗੀਆਂ ਨੂੰ ਔਰ ਸਮੁੱਚੀ ਸਿੱਖ ਸੰਗਤ ਨੂੰ, ਦੇਸ਼ ਵਿਦੇਸ਼ ਵਿੱਚ ਵੱਸਦੀ ਸਮੁੱਚੀ ਸਿੱਖ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਹੁਣ ਹੱਦ ਹੋ ਗਈ ਹੈ ਕਿ ਰਣਜੀਤ ਸਿੰਘ ਢੱਡਰੀਆਂ ਵਾਲਾ ਇਸ ਹੱਦ ਤੱਕ ਗਿਰ ਚੁੱਕਾ ਹੈ ਕਿ ਜਿਹੜਾ ਇਤਿਹਾਸ ਸਾਡੇ ਵੱਢ ਵਡੇਰਿਆਂ ਨੇ ਸਾਨੂੰ ਸੁਣਾਇਆ ਹੈ, ਜਿਹੜਾ ਇਤਿਹਾਸ ਗੁਰੂ ਸਾਹਿਬ ਦੀ ਕਿਰਪਾ ਸਦਕਾ ਪੜ੍ਹ ਸੁਣ ਕੇ ਸਿੱਖ ਦੀ ਗੁਰੂ ਪ੍ਰਤੀ ਭਾਵਨਾ ਬਣਦੀ ਹੈ, ਉਸ ਇਤਿਹਾਸ ਦੇ ਉੱਪਰ ਅੱਜ ਤੋਂ ਨਹੀਂ ਲੰਮੇ ਸਮੇਂ ਤੋਂ ਰਣਜੀਤ ਸਿੰਘ ਢੱਡਰੀਆਂ ਵਾਲਾ ਟਿੱਪਣੀ ਕਰਦਾ ਆ ਰਿਹਾ ਹੈ ਔਰ ਬਿਲਕੁਲ ਇਤਿਹਾਸ ਨੂੰ ਖਤਮ ਹੀ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਇਤਿਹਾਸ ਹੈ ਹੀ ਨਹੀਂ। ਮੈਂ ਅੱਜ ਦੇ ਇਸ ਵੀਡੀਓ ਬਣਾਉਣ ਦਾ ਮੇਰਾ ਮਕਸਦ ਇਹੋ ਹੀ ਹੈ ਕਿ ਸਰਕਾਰ ਉਹਦੀ ਪੂਰੀ ਕੰਢ ਥਾਪੜ ਰਹੀ ਹੈ। ਇਸ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਵਿੱਚ ਗੁਰਬਚਨੇ ਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ ਨਰਕਧਾਰੀਏ ਦੀ, ਜਿਹੜਾ ਅੱਜ ਉਹਦੇ ਨਾਲੋਂ ਵੀ ਕਿਤੇ ਵੱਧ ਕੇ ਗੁਰੂ ਦੀ ਬੇਅਦਬੀ ਕਰ ਰਿਹਾ, ਗੁਰੂ ਦੀ ਗੋਦ ਵਿੱਚ ਬੈਠ ਕੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਅਤੇ ਗੁਰੂ ਸਾਹਿਬਾਨਾਂ ਦਾ ਇਤਿਹਾਸ ਖੰਡਨ ਕਰ ਰਿਹਾ, ਇਤਿਹਾਸ ਦਾ, ਗੁਰੂ ਸਰੋਵਰਾਂ ਦਾ ਔਰ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅਕਾਲ ਤਖਤ ਸਾਹਿਬ ਜਿਹੜੀ ਸਿੱਖ ਦੀ ਜਿੰਦ ਜਾਨ ਨੇ, ਜਿਸ ਅਸਥਾਨ ਦੇ ਬਾਰੇ ਸਿੱਖ ਜਦੋਂ ਅਰਦਾਸ ਵਿੱਚ ਜੁੜਦਾ ਉਦੋਂ ਮੰਗਦਾ ਹੈ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਇਹਨੇ ਔਰ ਇਹਦੇ ਕਰਿੰਦਿਆਂ ਨੇ, ਇਹਦੇ ਅਨੁਆਈਆਂ ਨੇ, ਇਹਦੇ ਚੇਲਿਆਂ ਨੇ, ਉਹਨੂੰ ਸੰਗਤ ਨਹੀਂ ਕਹਿ ਸਕਦੇ, ਉਹਨਾਂ ਨੇ ਸ਼ਰਿਆਮ ਇੱਕ ਗੱਲ ਕਹੀ ਹੈ ਕਿ ਹਰਿਮੰਦਰ ਸਾਹਿਬ ਦੀ ਇਮਾਰਤ ਵੀ ਇੱਕ ਆਮ ਇਮਾਰਤ ਦੀ ਤਰ੍ਹਾਂ ਹੈ। ਅਤੇ ਹੁਣ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹ ਹਲਕ ਚੁੱਕਾ ਹੈ, ਇਹਦੇ ਅਨਿਆਈ ਹਲਕ ਚੁੱਕੇ ਨੇ ਔਰ ਇਹਦੇ ਇਹਨੂੰ ਸੁਣਨ ਵਾਲੇ ਵੀ ਹਲਕ ਚੁੱਕੇ ਨੇ, ਕਿਉਂਕਿ ਕਿਤੇ ਬੰਦਾ ਪਾਗਲ ਹੋ ਜਾਂਦਾ ਹੈ ਨਾ, ਪਾਗਲ ਪਾਗਲ ਜਿਹੜਾ ਹੈ ਨਾ ਉਹ ਆਪਣਿਆਂ 'ਤੇ ਤਰਸ ਕਰ ਲੈਂਦਾ, ਆਪਣਿਆਂ ਨੂੰ ਮਾਰਦਾ ਨਹੀਂ, ਆਪਣਿਆਂ ਨੂੰ ਚੱਕ ਨਹੀਂ ਵੱਢਦਾ, ਆਪਣਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦਾ, ਉਹ ਦੂਸਰਿਆਂ ਨੂੰ ਉਹ ਨੁਕਸਾਨ ਪਹੁੰਚਾਉਂਦਾ ਹੈ। ਪਰ ਜਦੋਂ ਕੋਈ ਵੀ ਜਾਨਵਰ ਹਲਕ ਜਾਵੇ ਨਾ, ਹਲਕਾ ਹੋ ਜਾਵੇ, ਉਹ ਆਪਣਿਆਂ ਨੂੰ ਵੀ ਵੱਢਦਾ ਹੈ। ਇਹਦੀ ਇਸ ਟਾਈਮ ਹਾਲਤ ਜਿਹੜੀ ਬਣੀ ਹੋਈ ਹੈ ਢੱਡਰੀਆਂ ਵਾਲੇ ਦੀ, ਹਲਕ ਚੁੱਕਾ ਹੈ। ਮੈਂ ਚਾਹੁੰਦਾ ਸੀ, ਮੈਂ ਸੋਚਦਾ ਸੀ, ਆਪਣੀ ਮੇਰੀ ਨਿੱਜੀ ਵਿਚਾਰ ਸੀ ਕਿ ਭਰਾ ਹੈ ਸਾਡਾ, ਸਿੱਖੀ ਦਾ ਹੀ ਪ੍ਰਚਾਰ ਕਰਦਾ ਕਰਦਾ ਕੁਰਾਏ ਪੈ ਗਿਆ, ਚੰਦ ਕੋ ਅਨਮਤੀਆਂ ਮਨਮਤੀਆਂ ਦੇ, ਚੰਦ ਕੋ ਗੁਰੂ ਘਰ ਦੇ ਵਿਰੋਧੀਆਂ ਦੇ ਆਖੇ ਲੱਗ ਕੇ, ਅਤੇ ਕੋਈ ਗੱਲ ਨਹੀਂ, ਭਰਾ ਹੈ ਅਤੇ ਭਰਾ ਆਪਸੀ ਵਿੱਚ ਬੈਠ ਕੇ ਫੈਸਲਾ ਕਰ ਲੈਂਦੇ ਹੁੰਦੇ ਨੇ, ਅਤੇ ਕਿਤੇ ਨਾ ਕਿਤੇ ਤਾਂ ਇਹਦੇ
ਜ਼ਮੀਰ ਇਜਾਜ਼ਤ ਦੇਵੇਗੀ ਮੁੜੇਗਾ ਇਹ। ਪਰ ਇਹ ਦਿਨ ਬ ਦਿਨ ਇਸ ਹੱਦ ਤੱਕ ਪੁੱਜ ਚੁੱਕਾ ਹੈ ਕਿ ਜੈਡ ਸਿਕਿਉਰਿਟੀ, ਕਿਉਂਕਿ ਸਰਕਾਰ ਨੇ ਨਰਕ ਧਾਰੀਏ ਗੁਰਬਚਨੇ ਦੀ ਵੀ 78 ਦੇ ਵਿੱਚ ਪੁਸ਼ਤ ਪਨਾਈ ਕੀਤੀ ਸੀ। ਇਹ ਕਹਿੰਦਾ ਮੈਨੂੰ ਕਹਿਣ ਦਾ ਹੱਕ ਹੈ, ਇਹਦਾ ਤਾਂ ਫਿਰ ਗੁਰਬਚਨਾ ਵੀ ਆਪਣਾ, ਉਹ ਕਹਿੰਦਾ ਕਿ ਮੈਨੂੰ ਹੱਕ ਹੈ ਬੋਲਣ ਦਾ। ਤੂੰ ਕਹਿੰਦਾ ਕਿ ਹਰੇਕ ਨੂੰ ਆਪਣੇ ਵਿਚਾਰ ਰੱਖਣ ਦਾ ਹੱਕ ਹੈ, ਆਪਣੇ ਵਿਚਾਰ, ਆਪਣੇ ਨਿੱਜੀ ਵਿਚਾਰ ਜਿਹੜੇ ਨੇ ਉਹ ਆਪਣੇ ਪ੍ਰਤੀ ਤੁਸੀਂ ਰੱਖ ਸਕਦੇ ਹੋ, ਨਾ ਕਿ ਕਿਸੇ ਦੇ ਇਤਿਹਾਸ 'ਤੇ ਟਿੱਪਾ ਟਿੱਪਣੀ ਕਰ ਸਕਦੇ ਹੋ, ਨਾ ਕਿਸੇ ਇਤਿਹਾਸ ਦੇ ਜਾਂ ਕਿਸੇ ਗੁਰੂ ਦੇ ਸਿਧਾਂਤ ਦੇ ਖਿਲਾਫ਼ ਬੋਲਣ ਦਾ ਕਿਸੇ ਨੂੰ ਅਧਿਕਾਰ ਨਹੀਂ, ਨਾ ਪਿੱਛੇ ਸਿੱਖ ਸੰਗਤਾਂ ਨੇ ਕਿਸੇ ਨੂੰ ਇਹ ਅਧਿਕਾਰ ਦਿੱਤਾ ਹੈ, ਅਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਦਿੱਤਾ ਜਾਵੇਗਾ। ਔਰ ਸਿੱਖ ਕੌਮ ਦੇ ਚਰਨਾਂ ਵਿੱਚ ਮੈਂ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਕਰਦਾ, ਚੰਦ ਕੋ ਬੰਦੇ ਆ, ਚੰਦ ਕੋ ਨਿਹੰਗ ਸਿੰਘ, ਚੰਦ ਕੋ ਸੰਪਰਦਾਵਾਂ ਦੇ ਨਾਲ ਔਰ ਚੰਦ ਕੋ ਦਮਦਮੇ ਟਕਸਾਲ ਦੇ ਸਿੰਘਾਂ ਦੇ ਨਾਲ ਗੱਲ ਨਹੀਂ ਬਣਨੀ, ਹੁਣ ਹੱਦ ਤੋਂ ਵੱਧ ਚੁੱਕੀ ਹੈ ਗੱਲ। ਆਪਣੇ ਆਪਣੇ ਪਿੰਡਾਂ ਦੇ ਵਿੱਚ ਪ੍ਰਚਾਰਕ ਬੋੜੀ ਕਰੋ, ਜਿਹੜੇ ਵਿਦੇਸ਼ਾਂ ਵਿੱਚ ਗਏ ਨੇ ਉਹਨਾਂ ਨੂੰ ਬੇਨਤੀ ਹੈ ਕਿ ਰੱਬ ਦਾ ਵਾਸਤਾ ਹੈ, ਥੋੜ੍ਹਾ ਸਮਾਂ ਆਪਣੇ ਗੁਰ ਇਤਿਹਾਸ ਵਾਸਤੇ, ਆਪਣੇ ਗੁਰਧਾਮਾਂ ਵਾਸਤੇ, ਆਪਣੇ ਕੌਮ ਵਾਸਤੇ ਥੋੜ੍ਹਾ ਜਿਹਾ ਸਮਾਂ ਕੱਢ ਕੇ ਆਪਣੇ ਇਲਾਕਿਆਂ ਦੇ ਵਿੱਚ ਇਹਦਾ ਭਾਰੀ ਵਿਰੋਧ ਕਰੋ। ਸਾਰੇ ਕਥਾਵਾਚਕ, ਰਾਗੀ, ਢਾਡੀ, ਪ੍ਰਚਾਰਕ, ਕਵੀਸ਼ਰ ਸਿੰਘ ਸਾਰਿਆਂ ਨੂੰ ਬੇਨਤੀ ਕਰਦਾ, ਜਿਹੜਾ ਇਤਿਹਾਸ ਸਾਡੇ ਵੱਡ ਵਡੇਰੇ ਸੁਣਾਉਂਦੇ ਰਹੇ ਨੇ, ਜਿਹੜਾ ਇਤਿਹਾਸ ਅੱਜ ਅਸੀਂ ਸੁਣਾ ਕੇ ਪ੍ਰਸ਼ਾਦਾ ਪਾਣੀ ਛੱਕ ਰਹੇ ਹਾਂ, ਜਿਹੜਾ ਇਤਿਹਾਸ ਅੱਜ ਸਾਨੂੰ ਮਾਣ ਦਵਾ ਰਿਹਾ ਸਿੱਖ ਸੰਗਤਾਂ ਦੇ ਵਿੱਚ, ਉਸ ਇਤਿਹਾਸ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ। ਇਹਨੂੰ ਦੱਸ ਦਈਏ ਸਾਰੇ ਪ੍ਰਚਾਰਕ ਕਿ ਅਸੀਂ ਗੁਰੂ ਦੇ ਸਿਧਾਂਤ 'ਤੇ ਪਹਿਰਾ ਦੇਣ ਵਾਲੇ ਜਿਉਂਦੇ ਹਾਂ। ਖਾਸ ਕਰਕੇ ਮੈਂ ਪ੍ਰਚਾਰਕਾਂ ਨੂੰ ਬੇਨਤੀ ਕਰਦਾ, ਆ ਜਾਓ ਵਾਪਸ ਸਾਰੇ, ਜੇ ਇਤਿਹਾਸ ਹੀ ਨਾ ਰਿਹਾ, ਸਰਕਾਰਾਂ ਪੁਸ਼ਤ ਪਨਾਈ ਕਰਦੀਆਂ ਨੇ ਅਤੇ ਇਹਦੀ ਵੀ ਕਰ ਰਹੀਆਂ ਨੇ, ਇਹਦੀ ਵੀ ਕੰਢ ਥਾਪੜ ਰਹੀਆਂ ਨੇ, ਆਓ ਆਪਾਂ ਸਾਰੇ ਰਲ ਮਿਲ ਕੇ ਹੱਲਾ ਬੋਲ ਕੇ, ਹੱਲਾ ਮਾਰ ਕੇ ਇਹਦੇ ਹਰ ਜ਼ਿਲ੍ਹੇ ਦੇ ਵਿੱਚ ਇਸ ਦੁਸ਼ਟ ਦੇ ਖਿਲਾਫ, ਇਸ ਹਲਕੇ ਹੋਏ ਮਨੁੱਖ ਦੇ ਖਿਲਾਫ ਪਰਚੇ ਦਰਜ ਕਰਾਈਏ। ਕਿਉਂਕਿ ਜੇ ਤੈਨੂੰ ਬੋਲਣ ਦਾ ਅਧਿਕਾਰ ਹੈ ਨਾ ਕਿਸੇ ਦੇ ਧਰਮ 'ਤੇ ਬੋਲਣ ਦਾ, ਤਾਂ ਸਾਨੂੰ ਵੀ ਅਧਿਕਾਰ ਹੈ। ਜੇ ਤੈਨੂੰ ਸਰਕਾਰ ਸਿਕਿਉਰਿਟੀ ਦੇ ਸਕਦੀ ਹੈ, ਤੇਰੀ ਸਿਕਿਉਰਿਟੀ ਨੂੰ ਦੇ ਕੇ ਤੇਰੇ ਦੀਵਾਨ ਕਰਾ ਸਕਦੀ ਹੈ, ਤਾਂ ਸਾਨੂੰ ਵੀ ਅਧਿਕਾਰ ਹੈ। ਸਾਡੇ ਨਾਲ ਵੀ ਸਰਕਾਰ ਜਿਹੜੀ ਹੈ ਉਨਾ ਹੀ ਇਨਸਾਫ ਕਰੇਗੀ, ਕਰ ਸਕਦੀ ਹੈ, ਸਾਡੀ ਗੱਲ ਵੀ ਉਨੀ ਧਿਆਨ ਨਾਲ ਸੁਣ ਸਕਦੀ ਹੈ। ਅਸੀਂ ਵੀ ਹਰ ਜ਼ਿਲ੍ਹੇ ਦੇ ਵਿੱਚ ਪਰਚੇ ਦਰਜ ਕਰਾਉਣ ਨੂੰ ਤਿਆਰ ਹਾਂ ਇਸ ਦੁਸ਼ਟ 'ਤੇ, ਕਿਉਂਕਿ ਹਲਕ ਚੁੱਕਾ ਹੈ। ਇਹਨੂੰ ਰੋਕਣ ਵਾਸਤੇ ਹੋਰ ਕੋਈ ਜ਼ਰੀਆ ਨਹੀਂ, ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਛੱਡ ਦਿਓ ਸਾਰੇ ਦੇਸ਼ਾਂ ਦੀਆਂ ਯਾਤਰਾ, ਛੱਡ ਦਿਓ ਸਾਰੇ ਕੰਮ ਧੰਦੇ, ਆ ਜਾਓ ਗੁਰੂ ਰਾਮਦਾਸ ਦੇ ਦਰਬਾਰ 'ਤੇ। ਸੰਗਤਾਂ ਨੂੰ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ, ਗੁਰੂ ਸਵਾਰਿਓ ਭਾਵਕ ਹੋ ਕੇ ਮੈਂ ਬੇਨਤੀ ਕਰਦਾ ਕਿ ਇਹਨੇ ਗੁਰੂ ਰਾਮਦਾਸ ਜੀ ਦੀ ਦਰਬਾਰ ਨੂੰ ਆਮ ਇਮਾਰਤ ਕਿਹਾ, ਉਹ ਸਤਿਗੁਰਾਂ ਦਾ ਪਾਵਨ ਹਰਿਮੰਦਰ ਸਾਹਿਬ, ਜਿਹੜਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਜਿਹਦੀ ਬੁਨਿਆਦ ਸਾਈ ਮੀਆਂ ਮੀਰ ਦੇ ਕੋਲ ਰਖਵਾਈ ਸੀ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਸਰਵਉੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ, ਅਕਾਲ ਦਾ ਤਖਤ, ਬੰਦੇ ਦਾ ਤਖਤ ਨਹੀਂ, ਬੰਦੇ ਆਏ ਦੁਨੀਆਂ 'ਤੇ ਚਲੇ ਗਏ, ਅੱਜ ਉਹਨਾਂ ਦੇ ਤਖਤ ਖੰਡਰ ਪਏ ਨੇ, ਇਹ ਅਕਾਲ ਦਾ ਤਖਤ ਹੈ, ਅਕਾਲ ਪੁਰਖ ਵਾਹਿਗੁਰੂ ਦਾ ਤਖਤ ਹੈ, ਇਹਨੂੰ ਆਮ ਇਮਾਰਤ ਕਿਹਾ। ਪਾਵਨ ਸਰੋਵਰ ਦੀ ਬੇਅਦਬੀ ਕਰਦਾ, ਇਹਦੇ ਕਰਿੰਦੇ ਕਰਦੇ ਨੇ, ਅਤੇ ਸੰਗਤਾਂ ਨੂੰ ਬੇਨਤੀ ਕਰਦਾ ਕਿ ਦਿਨ ਬ ਦਿਨ ਰੋਜ਼ਾਨਾ ਆਪਣੇ ਆਪਣੇ ਇਲਾਕਿਆਂ ਦੇ ਵਿੱਚੋਂ ਬੱਸਾਂ ਭਰ ਭਰ ਕੇ,
ਟਰਾਲੀਆਂ ਭਰ ਭਰ ਕੇ ਆਪਣੇ ਸਾਧਨਾਂ ਤੇ ਗੁਰੂ ਰਾਮਦਾਸ ਦੇ ਦਰਬਾਰ ਵਿੱਚ ਆਣ ਕੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਗੁਰੂ ਰਾਮਦਾਸ ਦੇ ਦੀਦਾਰ ਕਰਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਮਸਤਕ ਝੁਕਾ ਕੇ ਦੱਸ ਦਿਓ ਕਿ ਸਿੱਖ ਦਾ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਿਨਾਂ ਕੋਈ ਆਸਰਾ ਨਹੀਂ ਹੈ। ਸਿੱਖ ਦੀ ਜਿੰਦ ਜਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਹੈ। ਸਿੱਖ ਦਾ ਸਰਵਉੱਚ ਸ਼੍ਰੀ ਅਕਾਲ ਤਖ਼ਤ ਸਾਹਿਬ ਸਾਡੇ ਸਿਰ ਦਾ ਤਾਜ ਹੈ, ਸਾਡੀ ਸੁਪਰੀਮ ਪਾਵਰ ਹੈ। ਅਤੇ ਇਹ ਵੀ ਮੈਂ ਬੇਨਤੀ ਕਰਾਂ ਕਿ ਗੁਰੂ ਦੀ ਕਿਰਪਾ ਸਦਕਾ ਸਾਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਚੜ੍ਹਦੀ ਕਲਾ ਵਾਲਾ ਮਿਲਿਆ। ਆਓ ਸਾਰੇ ਰਲ ਮਿਲ ਕੇ ਸਹਿਯੋਗ ਦੇ ਕੇ ਇਸ ਢੱਡਰੀਆਂ ਵਾਲੇ ਦਾ ਅਤੇ ਇਹਦੇ ਕਰਿੰਦਿਆਂ ਦਾ। ਦੂਸਰੀ ਗੱਲ, ਲੋਕ ਕਹਿੰਦੇ ਨੇ ਕਿ ਇਹਦੇ ਦੀਵਾਨਾਂ ਦੇ ਵਿੱਚ ਬਹੁਤ ਸਾਰਾ ਇਕੱਠ ਹੁੰਦਾ ਹੈ, 10,000 ਦਾ, 20,000 ਦਾ। ਇਹ 10-20,000 ਦਾ ਇਕੱਠ ਜਿਹੜੇ ਨੇ, ਜਿਹੜੀ ਸਰਕਾਰ ਇਹਦੀ ਪਿੱਠ ਥਾਪੜ ਰਹੀ ਹੈ, ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਉਹਨਾਂ ਦੇ MLA, ਉਹਨਾਂ ਦੇ ਕਰਿੰਦੇ ਬਰਸਾ ਭਰ ਭਰ ਕੇ ਭੇਜਦੇ ਨੇ, ਜਿਵੇਂ ਇੱਕ ਰੈਲੀ ਦੇ ਉੱਪਰ ਇਕੱਠ ਹੁੰਦਾ ਹੈ। ਨਹੀਂ ਤਾਂ ਗੁਰੂ ਦੇ ਸਿੱਖ ਦੀ ਜ਼ਮੀਰ ਨਹੀਂ ਇਜਾਜ਼ਤ ਦਿੰਦੀ ਕਿ ਸਾਹਮਣੇ ਬੈਠ ਕੇ ਆਪਣੇ ਗੁਰੂ ਦੀ ਬੇਅਦਬੀ ਸਹਾਰ ਸਕਦਾ ਹੈ। ਸਾਹਮਣੇ ਬੈਠਾ ਗੁਰੂ ਦੇ ਕੋਈ ਟਿੱਪਣੀ ਕਰੇ, ਉਹਨੂੰ ਕਿਵੇਂ ਬਰਦਾਸ਼ਤ ਕਰ ਸਕਦਾ ਹੈ? ਮੈਂ ਉਹਨਾਂ ਨੂੰ ਸਿੱਖ ਸੰਗਤ ਨਹੀਂ ਮੰਨਦਾ, ਉਹ ਸਰਕਾਰਾਂ ਦੇ ਕਰਿੰਦਿਆਂ ਦੇ ਇਕੱਠੇ ਕੀਤੇ ਹੋਏ ਇਕੱਠ ਦੇ ਲੋਕ ਨੇ, ਸੰਗਤ ਨਹੀਂ। ਸੰਗਤ ਕੀ ਹੈ? ਸਤਿਗੁਰ ਦੀ ਬਾਣੀ ਦਾ ਸਿਧਾਂਤ ਹੈ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ। ਸੋ ਆਓ ਸਾਰੇ ਰਲ ਮਿਲ ਕਰਕੇ ਪ੍ਰਚਾਰਕ, ਗੁਰਸਿੱਖ ਵੀਰ, ਕਥਾ ਵਾਚਕ, ਢਾਡੀ ਕਵੀਸ਼ਰ, ਆਓ ਸਾਰੇ ਰਲ ਮਿਲ ਕਰਕੇ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਇਹਨੂੰ ਦੱਸ ਦਈਏ ਕਿ ਗੁਰੂ ਦਾ ਸਿਧਾਂਤ, ਗੁਰੂ ਦਾ ਇਤਿਹਾਸ, ਗੁਰੂ ਦੀ ਗੁਰਬਾਣੀ, ਗੁਰੂ ਦੇ ਗੁਰਧਾਮ, ਗੁਰਤੀਰਥ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਅਸੀਂ ਆਂਚ ਨਹੀਂ ਆਉਣ ਦੇਵਾਂਗੇ, ਭਾਵੇਂ ਉਹਦੇ ਬਦਲੇ ਸਾਨੂੰ ਆਪਣੀਆਂ ਜਾਨਾਂ ਦੀਆਂ ਹੋਤੀਆਂ ਵੀ ਕਿਉਂ ਨਾ ਦੇਣੀਆਂ ਪੈਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।